ਲੋਕ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਮਤਦਾਨ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਚੋਣ ਆਯੋਗ ਵੱਲੋਂ ਸਵੀਪ ਐਕਟੀਵਿਟੀਜ਼ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਲੁਧਿਆਣਾ ਦੇ ਖਾਲਸਾ ਕਾਲਜ ਫਾਰ ਵੁਮੈਨ ਵਿੱਚ ਇੱਕ ਜਾਗੋ ਦਾ ਆਯੋਜਨ ਕੀਤਾ ਗਿਆ, ਜੋ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਤੋਂ ਹੋ ਕੇ ਗੁਜ਼ਰੀ ਅਤੇ ਜਾਗੋ ਵਿੱਚ ਸ਼ਾਮਲ ਵਿਦਿਆਰਥਣਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਮਤਦਾਨ ਕਰਨ ਲਈ ਪ੍ਰੇਰਿਤ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਚੋਣ ਅਫਸਰ ਅਤੇ ਜਾਗੋ ਵਿੱਚ ਸ਼ਾਮਲ ਵਿਦਿਆਰਥਣਾਂ ਨੇ ਦੱਸਿਆ ਕਿ ਮਤਦਾਨ ਕਰਨਾ ਨਾ ਸਿਰਫ ਸਾਡਾ ਹੱਕ ਹੈ ਬਲਕਿ ਫਰਜ਼ ਵੀ ਹੈ, ਤਾਂ ਕਿ ਇੱਕ ਐਸੀ ਸਰਕਾਰ ਨੂੰ ਚੁਣਿਆ ਜਾ ਸਕੇ ਜੋ ਸਮਾਜ ਅਤੇ ਦੇਸ਼ ਦਾ ਸਰਵਪੱਖੀ ਕਲਿਆਣ ਕਰ ਸਕੇ। ਇਸ ਦੌਰਾਨ ਉਹਨਾਂ ਰਾਜਨੀਤਿਕ ਪਾਰਟੀਆਂ ਨੂੰ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਹੇਤੂ ਅਪੀਲ ਵੀ ਕੀਤੀ। ਅਸੀਂ ਜਿਹੜੀ ਸਵੀਪ ਪ੍ਰੋਗਰਾਮ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ, ਉਹਦੇ ਤਹਿਤ ਇਹ ਅੱਜ ਇੱਥੇ ਪ੍ਰੋਗਰਾਮ ਰੱਖਿਆ। ਇਹ ਅਸੀਂ ਅੱਜ ਯੰਗ ਵੋਟਰਸ ਨੂੰ ਮਿਲਣ ਆਏ ਹਾਂ, ਜਿਹੜੇ ਵੋਟਰਸ ਪਹਿਲੀ ਵਾਰੀ ਵੋਟ ਕਰ ਰਹੇ ਆ, ਅਸੀਂ ਉਹਨਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਤੁਹਾਡੀ ਵੋਟ ਕਿੰਨੀ ਕੀਮਤੀ ਹੈ, ਤੁਸੀਂ ਆਪਣੀ ਵੋਟ ਪਾਓ ਔਰ ਇਸ ਵੋਟ ਨਾਲ ਸਾਡੀ ਡੈਮੋਕ੍ਰੇਸੀ 'ਚ ਸਟਰੋਂਗ ਹੁੰਦੀ ਹੈ ਜਦੋਂ ਅਸੀਂ ਵੋਟ ਪਾਉਂਦੇ ਹਾਂ। ਸੋ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਸ ਵਾਰੀ ਦਾ ਜਿਹੜੀ ਇਲੈਕਸ਼ਨ ਹੈ ਉਹਨੂੰ ਉਹ ਮਹਾਂਪੁਰਬ ਮਨਾ ਰਿਹਾ। ਮਹਾਂਪੁਰਬ ਮਤਲਬ ਬਹੁਤ ਵੱਡਾ ਸਮਾਗਮ ਅਸੀਂ ਮਨਾ ਰਹੇ ਹਾਂ, ਤਿਉਹਾਰ ਮਨਾ ਰਹੇ ਹਾਂ, ਵੱਡਾ ਤਿਉਹਾਰ ਮਨਾ ਰਹੇ ਹਾਂ। ਤਾਂ ਸਾਰੀ ਡੈਮੋਕ੍ਰੇਸੀ ਤਾਂ ਹੀ ਮਜ਼ਬੂਤ ਹੋਊਗੀ ਜੇ ਇਸ ਵੱਡੇ ਤਿਉਹਾਰ 'ਚ ਸਾਰੇ ਵੋਟਰਸ ਉਹਦੇ 'ਚ ਆ ਕੇ ਆਪਣਾ ਸ਼ੇਅਰ ਕਰਨਗੇ, ਵੋਟ ਪਾਉਣਗੇ। ਤਾਂ ਇਸ ਵਾਸਤੇ ਬੱਚਿਆਂ ਨੇ ਅੱਜ ਜਾਗੋ ਕੱਢੀ ਹੈ। ਜਾਗੋ ਦਾ ਮਤਲਬ ਹੈ ਵੋਟਰਸ ਨੂੰ ਜਾਗਰਿਤ ਕੀਤਾ ਕਿ ਤੁਸੀਂ ਆਪਣੀ ਵੋਟ ਦਾ ਜਿਹੜਾ ਅਧਿਕਾਰ ਹੈ ਉਹ ਯੂਜ਼ ਕਰੋ, ਵੋਟ ਪਾਓ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਵੋਟਰਸ ਨੂੰ ਵੋਟ ਪਾਉਣ ਲਈ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ ਨੇ, ਬਹੁਤ ਅੱਛੇ ਪ੍ਰਬੰਧ ਕੀਤੇ ਗਏ ਨੇ ਹਰ ਚੀਜ਼ ਦੇ। ਇਸ ਵਾਸਤੇ ਸਾਡੀ ਇਸ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨ ਲਈ ਤੁਹਾਡੇ ਮੀਡੀਆ ਦੇ ਰਾਹੀਂ ਵੀ ਮੈਂ ਸਾਰੇ ਨੂੰ ਵੋਟਰਸ ਨੂੰ ਯੰਗ ਵੋਟਰਸ ਹੈ ਚਾਹੇ ਸਾਰੇ ਵੋਟਰਸ ਨੂੰ ਮੈਂ ਅਪੀਲ ਕਰਦਾ ਕਿ ਇਸ ਵਾਰ ਵੋਟ ਕਰਨ ਜ਼ਰੂਰ ਆਓ। ਵੋਟ ਜਿਹੜੀ ਹੈ ਤੁਹਾਡੀ ਬਹੁਤ ਜ਼ਿਆਦਾ, ਪਿਛਲੀ ਵਾਰੀ ਅਸੀਂ ਪਰਸੈਂਟੇਜ ਵਧਾਉਣ 'ਚ ਕਾਮਯਾਬ ਹੋ ਗਏ ਸੀ, ਕਾਫੀ ਅਸੀਂ ਪਰਸੈਂਟੇਜ ਵਧਾਈ ਸੀ, ਮਤਲਬ ਜਿਹੜੀ ਕੰਸਟੀਚੁਐਂਸੀ ਵਾਈਜ਼ ਜਿਹੜੀ 64 ਦੀ ਕੰਸਟੀਚੁਐਂਸੀ ਹੈ ਉਹਦੇ 'ਚ ਅਸੀਂ ਸਾਡੀ ਪਰਸੈਂਟੇਜ ਵੱਧ ਗਈ ਸੀ ਜਿਹੜੀ ਸਾਡੀ ਪਿਛਲੇ ਜਿਹੜੀ ਕੰਪੇਨ 'ਚ ਲਾਇਆ। ਪਰ ਇਸ ਵਾਰ ਅਸੀਂ ਕੰਪੇਨ ਲੰਬੇ ਸਮੇਂ ਤੋਂ ਸ਼ੁਰੂ ਕਰਤੀ ਹੈ ਔਰ ਸਾਡੇ ਅੱਗੇ ਇਲੈਕਸ਼ਨ ਆਪਣੀ ਕਿਉਂਕਿ ਸਭ ਤੋਂ ਲੇਟ ਹੈ, ਇਸ ਵਾਸਤੇ ਅਜੇ ਸਾਨੂੰ ਇੱਕ ਮਹੀਨਾ ਹੋਰ ਸਮਾਂ ਸਾਡੇ ਕੋਲ। ਇਸ ਇਹ ਮਹੀਨਾ ਵੀ ਅਸੀਂ ਇਸੇ ਤਰ੍ਹਾਂ ਹੀ ਜਿਹੜੀ ਇਲੈਕਸ਼ਨ ਕੰਪੇਨ ਚਲਾਵਾਂਗੇ, ਵੋਟਰਸ ਕੋਲ ਜਾਵਾਂਗੇ, ਚਾਹੇ ਉਹ ਬੂਥਾਂ 'ਤੇ ਅਸੀਂ ਵੀ ਮਸ਼ੀਨਾਂ ਲੈ ਕੇ ਜਾਵਾਂਗੇ, ਚਾਹੇ ਕਾਲਜਸ ਹੈ, ਚਾਹੇ ਸਕੂਲਸ ਨੇ ਜਿੱਥੇ 12ਵੀਂ ਦੇ ਬੱਚੇ ਨੇ। ਅਸੀਂ ਹਰ ਕੋਸ਼ਿਸ਼, ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਹਰੇਕ ਵੋਟਰ ਨੂੰ ਮਿਲਿਆ ਜਾਵੇ, ਅਵੇਅਰ ਕਰਿਆ ਜਾਵੇ ਕਿ ਤੁਹਾਡੀ ਵੋਟ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਵੇਅਰਨੈਸ ਜੀ, ਅਸੀਂ ਨੋਟਿਸ ਕੀਤਾ ਕਿ ਜਦੋਂ ਆਮ ਕੋਈ ਰੈਲੀਆਂ ਨਿਕਲ ਰਹੀਆਂ ਹੁੰਦੀਆਂ ਨੇ ਤਾਂ ਆਪਾਂ ਇਗਨੋਰ ਕਰਕੇ ਦੇਖ ਕੇ ਜਾਂ ਫੋਟੋਆਂ ਜੀਆਂ ਖਿੱਚ ਕੇ ਸਨੈਪਚੈਟ ਸਟੋਰੀਆਂ ਬਣਾ ਕੇ ਨਿਕਲ ਜਾਂਦੇ ਹਾਂ, ਪਰ ਅੱਜ ਅਸੀਂ ਕਲਰਫੁੱਲ ਡਰੈਸਿਸ ਦੇ ਰਾਹੀਂ ਜਾਗੋ ਚੱਕ ਕੇ ਇੱਕ ਅਟਰੈਕਸ਼ਨ ਦਾ ਕੇਂਦਰ ਲੋਕਾਂ ਵੱਲ ਖਿੱਚ ਕੇ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ, ਵੋਟਾਂ ਖਿੱਚਣ ਦੀ ਕੋਸ਼ਿਸ਼ ਕੀਤੀ ਆ। ਆਪਾਂ ਕੱਲ੍ਹ ਨੂੰ ਪਛਤਾਉਂਦੇ ਹਾਂ ਕਿ ਉਸ ਲੀਡਰ ਨੇ ਸਾਡੇ ਲਈ ਕੁਛ ਨਹੀਂ ਕੀਤਾ, ਫਲਾਣੇ ਲੀਡਰ ਨੇ ਸਾਡੇ ਲਈ ਕੁਛ ਨਹੀਂ ਕੀਤਾ। ਅੱਜ ਮੌਕਾ ਆ, ਅੱਜ ਜਾ ਕੇ ਅੱਜ ਆਪਣੀ ਵੋਟ ਦਾ ਜਿਹੜਾ ਅਧਿਕਾਰ ਆ ਉਹਨੂੰ ਸਿੱਧ ਕਰਕੇ ਆਪਾਂ ਅੱਜ ਆਪਣੇ ਪਸੰਦੀਦਾ ਲੀਡਰ ਚੁਣੇ ਹੈ, ਤਾਂ ਕਿ ਕੱਲ੍ਹ ਨੂੰ ਆਪਾਂ ਉਹਦੇ 'ਤੇ ਕੋਈ ਐਕਸ਼ਨ ਨਾ ਲਿਆਈਏ ਕਿ ਤੂੰ ਕੁਛ ਨਹੀਂ ਕੀਤਾ। ਆਪਣੇ ਹੱਥ 'ਚ ਆਏ ਸਾਰਾ ਕੁਛ ਆਪਾਂ ਦੇਸ਼ ਦੇਣਾ ਆ, ਅਗਲੇ 5 ਸਾਲਾਂ ਲਈ ਆਪਾਂ ਬਹੁਤ ਵੱਡੀ ਜ਼ਿੰਮੇਵਾਰੀ ਕਿਸੇ ਬੰਦੇ ਦੇ ਹੱਥਾਂ ਦੇ ਵਿੱਚ ਦੇਣੀ ਆ, ਅਤੇ ਬਹੁਤ ਸੋਚ ਸਮਝ ਕੇ ਇਸ ਜ਼ਿੰਮੇਵਾਰੀ ਨੂੰ ਕਿਸੇ ਦੇ ਹੱਥਾਂ 'ਚ ਸੰਭਾਲਣਾ। ਹਾਂਜੀ, ਮੇਰਾ ਨਾਮ ਅਮਨਪ੍ਰੀਤ ਕੌਰ ਅਤੇ ਅਸੀਂ ਖਾਲਸਾ ਕਾਲਜ ਦੇ ਵਿਦਿਆਰਥੀ ਹਾਂ। ਸਾਡਾ ਅੱਜ ਮੇਨ ਮਕਸਦ ਇਹ ਸੀ ਵੀ ਅਸੀਂ ਆਪਣੇ ਇਲਾਕੇ ਦੇ ਵਿੱਚ ਜਾਗੋ ਕੱਢੀ। ਜਾਗੋ ਦਾ ਮਤਲਬ ਹੁੰਦਾ ਵੀ ਜਾਗਣਾ ਸੀ, ਲੋਕਾਂ ਨੂੰ ਆਪਣੇ ਵਿਰਸੇ ਰਾਹੀਂ ਜਗਾਉਣ ਦੀ ਕੋਸ਼ਿਸ਼ ਕੀਤੀ ਬੋਲੀਆਂ ਰਾਹੀਂ, ਕਿ ਤੁਸੀਂ ਵੋਟਰ ਜੋ ਅੱਜ ਕੱਲ੍ਹ ਦੇ ਵੋਟਰ ਨੇ, ਨੌਜਵਾਨ ਵੋਟਰ, ਉਹਨਾਂ ਨੂੰ ਆਪਣਾ ਵੋਟ ਦਾ ਅਧਿਕਾਰ ਜ਼ਰੂਰ ਵਰਤਣਾ ਚਾਹੀਦਾ। ਅਤੇ ਸਾਨੂੰ ਪਹਿਲਾਂ ਇੱਥੇ ਦੱਸਿਆ ਗਿਆ ਸੀ ਵੀ ਨੋਟਾ ਦਾ ਜੋ ਆਪਸ਼ਨ ਆਇਆ ਵਾ, ਵੀ ਜੇਕਰ ਸਾਨੂੰ ਕੋਈ ਨਹੀਂ ਵੀ ਪਸੰਦ ਆਉਂਦਾ ਨੇਤਾ ਤਾਂ ਅਸੀਂ ਆਪਣਾ ਨੋਟਾ 'ਤੇ ਜਾ ਕੇ ਕਲਿੱਕ ਕਰ ਸਕਦੇ ਹਾਂ। ਤਾਂ ਉਹੀ ਅਸੀਂ ਬਾਹਰ ਜਾਗਰੂਕ ਕਰਕੇ ਆਏ ਹਾਂ ਲੋਕਾਂ ਨੂੰ ਕਿ ਤੁਸੀਂ ਜੇਕਰ ਤੁਹਾਨੂੰ ਨਹੀਂ ਪਸੰਦ ਹੈਗਾ, ਤੁਸੀਂ ਆਪਣੀ ਵੋਟ ਨੂੰ ਐਵੇਂ ਅਜਾਈ ਨਾ ਗਵਾਓ ਅਤੇ ਜਾ ਕੇ ਆਪਣਾ ਨੋਟਾ 'ਤੇ ਜਾ ਕੇ ਕਲਿੱਕ ਕਰੋ, ਤਾਂ ਕਿ ਉੱਥੇ ਪਤਾ ਲੱਗੇ ਵੀ ਜੇ ਸਾਡੇ ਇਲਾਕੇ ਦੇ ਵਿੱਚ ਜੋ ਉਮੀਦਵਾਰ ਖੜੇ ਸੀ ਲੋਕਾਂ ਨੂੰ ਨਹੀਂ ਪਸੰਦ ਸੀਗੇ। ਤਾਂ ਉਸ ਅਕੋਰਡਿੰਗ ਸਾਨੂੰ ਇਹ ਆ ਵੀ ਜੋ ਸਾਡਾ ਅਸੀਂ ਨੇਤਾ ਚੁਣੀਏ ਉਹ ਸਾਡੇ ਹੱਕਾਂ ਨੂੰ, ਨੌਜਵਾਨਾਂ ਦੇ ਹੱਕਾਂ ਨੂੰ, ਜਿਵੇਂ ਬੇਰੁਜ਼ਗਾਰੀ, ਸਾਨੂੰ ਸਭ ਤੋਂ ਪਹਿਲਾਂ ਇਹੀ ਆ ਵੀ ਅਸੀਂ ਇੱਥੋਂ ਨਿਕਲ ਕੇ ਪੜ੍ਹਾਈਆਂ ਕਰਕੇ, ਇੰਨੀਆਂ ਪੜ੍ਹਾਈਆਂ ਕਰਕੇ ਰੁਜ਼ਗਾਰ ਜ਼ਰੂਰ ਮਿਲੇ। ਤਾਂ ਅਸੀਂ ਇਹੀ ਚਾਹਾਂਗੇ ਜੋ ਸੂਝਵਾਨ ਬਣ ਕੇ ਅਸੀਂ ਸਹੀ ਬੰਦੇ ਨੂੰ ਵੋਟ ਪਾਈਏ ਅਤੇ ਆਪਣੀ ਵੋਟ ਜ਼ਰੂਰ ਪਾਈਏ। ਬਿਊਰੋ ਰਿਪੋਰਟ, ਲੁਧਿਆਣਾ ਵਿਊ।